ਆਦ ਦਿੱਤੇ ਨੇ ਤਕਰੀਬਨ ਹਰ ਸਿਆਸੀ ਜਮਾਤ ਦੇ ਹਵਾਲੇ ਨਾਲ, ਉਹਨਾਂ ਨੂੰ ਤੁਸੀਂ ਕਿੱਥੇ ਫਿਰ ਪਲੇਸ ਕਰੋਗੇ ਕਿ ਉਹ ਕਿਸ ਤਰ੍ਹਾਂ ਦੇਖੋਗੇ ਕਿ ਰਾਣਾ ਸਨਾਵਲਾ ਸਾਹਿਬ ਨੇ ਜਮਾਤ ਇਸਲਾਮੀ ਨੂੰ, ਇਮਰਾਨ ਖਾਨ ਨੂੰ, MQM ਨੂੰ, ਕਿਸੇ ਇੱਕ ਜਮਾਤ ਨੂੰ ਵੀ ਨਹੀਂ ਛੱਡਿਆ, ਉਹਨਾਂ ਨੇ ਤਾਂ ਸਾਰਿਆਂ ਦੇ ਖਿਲਾਫ ਬਿਆਨਾਤ ਦਿੱਤੇ ਨੇ ਅੱਜ। ਉਹ ਮੇਰਾ ਖਿਆਲ ਹੈ ਖਰਾਬੀ ਕੁਛ ਫਿਰ ਰਾਣਾ ਸਨਾਉਲਾ ਸਾਹਿਬ ਵਿੱਚ ਹੀ ਲੱਗਦੀ ਹੈ, ਜੋ ਉਹਨਾਂ ਨੂੰ ਖਰਾਬੀਆਂ ਬਾਕੀ ਸਾਰੀ ਜਮਾਤਾਂ ਨਜ਼ਰ ਆਉਂਦੀਆਂ ਨੇ, ਤੇ ਉਹ ਕੋਈ ਮੇਰੇ ਖਿਆਲ ਹੈ ਬੈਲੈਂਸ ਬੰਦਾ ਨਹੀਂ ਰਿਹਾ ਵੇ, ਤੇ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਵੇ ਕਿ ਇਹ ਨਹੀਂ ਹੋ ਸਕਦਾ ਕਿ ਬਾਕੀ ਸਾਰੇ ਖਰਾਬ ਹੋ ਜਾਣ ਤੇ ਉਹ ਇਕੱਲੇ ਠੀਕ ਹੋਣ, ਤੇ ਇੱਥੇ ਉਹਨਾਂ ਨੂੰ ਆਪ ਹੀ ਸੋਚਣਾ ਚਾਹੀਦਾ ਵੇ ਕਿ ਕੋਈ ਇਸ ਕਿਸਮ ਦੇ ਹਾਲਾਤ ਨਹੀਂ ਹਨ ਕਿ ਮੁੱਖ ਇਹਨੂੰ ਤੁਸੀਂ ਪਾਰਟੀ ਲਾਈਨ ਸਮਝਦੇ ਹੋ ਉਹਨਾਂ ਦੇ ਬਿਆਨਾਤ ਨੂੰ ਤੁਸੀਂ? ਨਹੀਂ, ਮੈਂ ਨਹੀਂ ਸਮਝਦਾ ਕਿ ਪਾਰਟੀ ਲਾਈਨ ਹੋਏਗੀ ਆਪਣੀ। ਦੇਖੋ ਜੀ, ਦੁਨੀਆ ਬਾਰੇ ਚੇਂਜ ਹੁੰਦਾ, ਜਿਸ ਤਰ੍ਹਾਂ ਪਾਕਿਸਤਾਨ ਅਮਰੀਕਾ ਦੇ ਦਰਮਿਆਨ ਨੋਕ ਜੋਕ ਚਲਦੀ ਰਹਿੰਦੀ ਹੈ ਜੀ, ਇਹਨਾਂ ਦੋ ਪਾਰਟੀਆਂ ਦੇ ਦਰਮਿਆਨ ਵੀ ਚਲਦੀ ਰਹੇਗੀ। ਬਿਲਕੁਲ ਇਮਤਿਆਜ਼, ਨੋਕ ਜੋਕ ਚਲਦੀ ਰਹਿੰਦੀ ਹੈ। ਜਿਹੜਾ ਇੱਕ ਖਾਸ ਇਸ਼ੂ ਇਸ ਵਕਤ ਪੂਰੇ ਮੁਲਕ ਦੇ ਵਿੱਚ ਡਿਸਕਸ ਹੋ ਰਿਹਾ, ਫੋਕਸ ਕੀਤਾ ਜਾ ਰਿਹਾ ਹੈ, ਕਰਾਚੀ ਨੂੰ ਉੱਥੇ ਜਿਹੜੀ ਇੱਕ ਅਸਲੇ ਤੋਂ ਪਾਕ ਇੱਕ ਮਹਿਮ ਚੱਲ ਰਹੀ ਹੈ, ਜਾਂ ਆਪਰੇਸ਼ਨ ਕਲੀਨ ਅਪ ਚੱਲ ਰਿਹਾ ਹੈ, ਦੁਬਾਰਾ ਰੇਂਜਰਸ ਨੂੰ ਇਖਤਿਆਰਾਤ ਦਿੱਤੇ ਨੇ, ਔਰ ਪੂਰੇ ਪਾਕਿਸਤਾਨ ਚੋਂ ਅਸਲੇ ਨੂੰ ਪਾਕ ਕਰਨ ਦੀ ਗੱਲ ਕੀਤੀ ਹੈ MQM ਨੂੰ, ਔਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਇਸਦਾ? ਦੇਖੋ ਜੀ, ਜਦ ਤੱਕ ਪਾਰਟੀਆਂ ਦੇ ਅੰਦਰ ਅਸਲਾ ਬਰਦਾਰ ਲੋਕ ਹੋਣਗੇ, ਜਦ ਤੱਕ ਪਾਰਟੀਆਂ ਆਪ ਹੀ ਵੱਡੇ ਬੋਰ ਦੇ ਲਾਇਸੈਂਸ ਇਸ਼ੂ ਕਰਦੇ ਰਹਿਣਗੀਆਂ, ਤੇ ਜਦ ਤੱਕ ਉਹਨਾਂ ਦੇ ਦਿਲਾਂ ਦੇ ਅੰਦਰ ਕਦੂਰਤਾ ਨਹੀਂ ਦੂਰ ਹੋਣਗੀਆਂ ਇੱਕ ਦੂਜੇ ਦੇ ਬਾਰੇ ਚ, ਉਸ ਵਕਤ ਤੱਕ ਕਿਸੇ ਕਿਸਮ ਦੇ ਵੀ ਕਾਨੂੰਨ ਲੈ ਆਓ ਮੇਰਾ ਖਿਆਲ ਹੈ ਕੋਈ ਕਾਮਯਾਬੀ ਨਹੀਂ ਹੋਏਗੀ, ਤੇ ਪਾਰਟੀਆਂ ਦੇ ਦਰਮਿਆਨ ਜਿਹੜੀ ਦੁਸ਼ਮਣੀ ਹੈਗੀਆਂ ਨੇ ਉਹ ਜਦ ਤੱਕ ਖਤਮ ਨਹੀਂ ਹੋਣਗੀਆਂ, ਤੇ ਅਸਲਾ ਪਾਕਿਸਤਾਨ ਤੋਂ ਨਹੀਂ ਖਤਮ ਹੋ ਸਕਦਾ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖਦੇ ਹੋ ਕਿ ਕਰਾਚੀ ਦੇ ਹਾਲਾਤ ਇਸੇ ਹਕੂਮਤ ਦੇ ਦੌਰ ਵਿੱਚ ਠੀਕ ਹੁੰਦੇ ਨਜ਼ਰ ਆਉਂਦੇ ਨੇ ਤੁਹਾਨੂੰ? ਕਰਾਚੀ ਦੇ ਹਾਲਾਤ ਮੇਰੇ ਖਿਆਲ ਹੈ ਇੰਜ ਚੱਲਦੇ ਰਹਿਣਗੇ, ਜੋ ਛੋਟੀ ਜਮਾਤਾਂ ਬਲੈਕਮੇਲਿੰਗ ਕਰਦੀਆਂ ਰਹਿੰਦੀਆਂ ਨੇ ਉਹ ਬਲੈਕਮੇਲਿੰਗ ਚੱਲਦੀ ਰਹੇਗੀ। ਐਸੇ ਕਰਕੇ ਬੜਾ ਜ਼ਰੂਰੀ ਹੈਗਾ ਵੇ ਕਿ ਦੋ ਵੱਡੀ ਜਮਾਤਾਂ ਜਿਹੜੀਆਂ ਹੈਗੀਆਂ, ਪੀਪਲਸ ਪਾਰਟੀ, ਨਮਾਜ਼ ਲੀਗ ਤੇ ਅਵਾਮੀ ਨੈਸ਼ਨਲ ਪਾਰਟੀ, ਇਹ ਕੋਈ ਮਿਲ ਮਿਲਾ ਕੇ ਇਸ ਕਿਸਮ ਦੀ ਪਾਲਿਸੀ ਇਖਤਿਆਰ ਕਰਨ ਕਿ ਛੋਟੀ ਜਮਾਤਾਂ ਨੂੰ ਬਲੈਕਮੇਲਿੰਗ ਦਾ ਮੌਕਾ ਨਾ ਮਿਲੇ। ਇਮਤਿਆਜ਼, ਇੱਕ ਛੋਟੀ ਜਿਹੀ ਗੱਲ ਬਿਲਕੁਲ ਮੁਖਤਸਰਨ, ਕਿਉਂਕਿ ਤੁਹਾਡੀ ਫਾਰਨ ਅਫੇਅਰ ਤੇ ਬੜੀ ਗਹਿਰੀ ਨਜ਼ਰ ਹੈ, ਸਦਰ ਪਾਕਿਸਤਾਨ ਦਾ ਜਿਹੜਾ ਦੌਰਾ ਸੀ ਅਮਰੀਕਾ ਦਾ ਔਰ ਮੁਲਾਕਾਤ ਸੀ ਅਮਰੀਕਨ ਸਦਰ ਨਾਲ, ਉਸ ਨੂੰ ਕਿਸ ਤਰ੍ਹਾਂ ਦੇਖਿਆ ਤੁਸੀਂ? ਉਹ ਐਵੇਂ ਮੇਰੇ ਖਿਆਲ ਮਾਮੂਲ ਦੀ ਮੁਲਾਕਾਤ ਸੀ, ਇਹਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦੇਣੀ ਚਾਹੀਦੀ। ਅਸਲ ਮਸਲਾ ਤੇ ਜੋ ਬਾਇਡਨ ਨਾਇਬ ਸਦਰ ਕਹਿ ਕੇ ਚਲੇ ਗਏ ਸਨ ਕਿ ਆਉਂਦਾ ਆਉਣ ਵਾਲੇ ਦਿਨ ਬੜੇ ਸਖ਼ਤ ਹੋਣਗੇ ਪਾਕਿਸਤਾਨ ਉੱਤੇ, ਤੇ ਪਾਕਿਸਤਾਨ ਨੂੰ ਸੋਚਣਾ ਪਏਗਾ ਕਿ ਅਸਲ ਖਤਰਾ ਪਾਕਿਸਤਾਨ ਨੂੰ ਇੰਡੀਆ ਤੋਂ ਨਹੀਂ ਹੈ ਬਲਕਿ ਇੰਤਿਹਾ ਪਸੰਦ ਮਜ਼ਹਬੀ ਸਿਆਸੀ ਜਮਾਤਾਂ ਤੋਂ। ਬਹੁਤ ਮਿਹਰਬਾਨੀ ਇਮਤਿਆਜ਼ ਸਾਹਿਬ, ਬਹੁਤ ਸ਼ੁਕਰੀਆ। ਇਮਤਿਆਜ਼ ਸਾਹਿਬ ਦੀ ਇੱਕ ਬੜੀ ਵਸਤ ਵਾਲੀ ਸੂਰਤ ਕਰਦੇ ਨੇ, ਔਰ ਜਿਹੜੀ ਇਮਤਿਆਜ਼ ਸਾਹਿਬ ਇਸ ਵਕਤ ਗੱਲ ਕਰ ਰਹੇ ਸਨ ਕਿ ਇਹ ਮੁਲਾਕਾਤ ਦੇ ਵਿੱਚ ਉਹ ਚੀਜ਼ ਨਹੀਂ ਹੋ ਸਕੀ ਜਿਹੜੀ ਇਸ ਤੋਂ ਪਹਿਲੇ ਸਾਡੇ ਕੋਲ ਅਮਰੀਕਨ ਨਾਇਬ ਸਦਰ ਆ ਕੇ ਕਰ ਗਏ ਨੇ, ਔਰ ਇਸ ਨੂੰ ਇੱਕ ਅਗਲੀ ਇਸ਼ੂ ਨੂੰ ਥੋੜ੍ਹੀ ਜਿਹੀ ਤਫਸੀਲ ਨਾਲ ਕਰਦੇ ਹਾਂ, ਲੇਕਿਨ ਨਾਜ਼ਰੀਨ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਅਤੇ ਵਾਪਸ ਆ ਕੇ ਅਸੀਂ ਆਪਣੀ ਗੱਲ। ਵੈਲਕਮ ਨਾਜ਼ਰੀਨ, ਇਸਲਾਮਾਬਾਦ ਬਰਾਏ ਰਾਸ ਤੁਹਾਡਾ ਆਪਣਾ ਪ੍ਰੋਗਰਾਮ ਹੈ, ਸਾਡੀ ਖਾਹਿਸ਼ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰੋ, ਉਹਦੇ ਵਾਸਤੇ ਮੈਂ ਫੋਨ ਨੰਬਰ 4-2655-494, ਔਰ ਅਗਰ ਪਿੰਡੀ ਇਸਲਾਮਾਬਾਦ ਤੋਂ ਬਾਹਰੋਂ ਫੋਨ ਕਰੋਗੇ ਤਾਂ ਤੁਸੀਂ ਫਿਰ 051 ਦਾ ਕੋਡ ਲਾਓਗੇ ਜੀ। ਅਗਰ ਮੋਬਾਈਲ ਤੋਂ ਫੋਨ ਕਰਨਾ ਤਾਂ ਫਿਰ ਵੀ ਤੁਸੀਂ 051 ਲਿਖੋਗੇ ਪਹਿਲੇ ਜਾਂ ਕਰੋਗੇ ਤਾਂ ਫਿਰ ਤੁਹਾਡਾ ਫੋਨ ਮਿਲੇਗਾ। ਜਿਹੜੀ ਗੱਲਬਾਤ ਹੋ ਰਹੀ ਸੀ ਜੀ ਕਿ ਮਸ਼ਾਇਖ ਕਾਨਫਰੰਸ ਦੇ ਵਿੱਚ ਵਜ਼ੀਰ ਆਜ਼ਮ ਸਾਹਿਬ ਨੇ ਜਿਹੜੀ ਸਪੀਚ ਕੀਤੀ ਹੈ ਕਿ ਜੰਗਲ ਦਾ ਕਾਨੂੰਨ ਨਹੀਂ ਚੱਲ ਸਕਦਾ, ਔਰ ਦੂਸਰਾ ਉਹਨਾਂ ਨੇ ਇੱਕ ਮਫਹਿਮਤ ਦੀ ਗੱਲ ਕੀਤੀ, ਤਹਮਲ ਦੀ ਗੱਲ ਕੀਤੀ, ਔਰ ਨਾਲ ਹੀ ਇਮਤਿਆਜ਼ ਸਾਹਿਬ ਦੀ ਗੱਲ ਨੂੰ ਮੈਂ ਟੋ ਕਰਨਾ ਵਾਂ ਕਿ ਜਦੋਂ ਅਸੀਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਫਹਿਮਤ ਦੀ ਸਿਆਸਤ ਅੱਗੇ ਵਧੇਗੀ, ਵਜ਼ੀਰ ਆਜ਼ਮ ਸਾਹਿਬ ਦੀ ਖਾਹਿਸ਼ ਦੇ ਮੁਤਾਬਿਕ ਉਹਨਾਂ ਨੇ ਜਿਹੜੀ ਸਮਰੀ ਭੇਜੀ ਸੀ ਉਹ ਖੋਸਾ ਸਾਹਿਬ ਦੀ ਭੇਜੀ ਸੀ, ਔਰ ਉਹ ਇਮਤਿਆਜ਼ ਸਾਹਿਬ ਨੇ ਬਿਲਕੁਲ ਕਲੀਅਰ ਕੀਤਾ ਕਿ ਇਹ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਆਉਣ ਵਾਲੇ ਦਿਨ ਜਿਹੜੇ ਨੇ ਉਹ ਪੰਜਾਬ ਦੀ ਸਿਆਸਤ ਵਿੱਚ ਬਿਹਤਰ ਹੋਣਗੇ, ਔਰ ਵਜ਼ੀਰ ਆਜ਼ਮ ਸਾਹਿਬ ਦਾ, ਮੀਆਂ ਸਾਹਿਬ ਦਾ ਨਰਮ ਗੋਸ਼ੇ ਦਾ ਹਵਾਲਾ ਔਰ ਤਰੀਕੇ ਨਾਲ ਉਹਨਾਂ ਜਿਹੜਾ ਦੱਸਿਆ, ਅਤੇ ਕਿਆ ਇਸ ਤਰ੍ਹਾਂ ਲੱਗ ਰਿਹਾ ਕਿ ਮੀਆਂ ਸਾਹਿਬ 'ਤੇ ਜ਼ਿਆਦਾ ਰਿਲਾਏ ਕਰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਆਪਣੀ ਜਮਾਤ ਦੀ ਨਿਸਬਤ? ਕਿਉਂਕਿ ਅਸੀਂ ਅਗਰ ਮਾਜ਼ੀ ਥੋੜ੍ਹਾ ਜਿਹਾ ਚਲੇ ਜਾਈਏ, ਕੋਈ ਥੋੜ੍ਹਾ ਜਿਹਾ ਪੀਰੀਅਡ ਪਿੱਛੇ, ਤਾਂ ਉਦੋਂ ਸਦਰ ਸਾਹਿਬ ਨੇ ਕਿਹਾ ਸੀ ਕਿ ਮੈਂ ਅਤੇ ਮੇਰੀ ਜਮਾਤ ਜਿਹੜੀ ਗਿਲਾਨੀ ਸਾਹਿਬ ਦੀ ਆਪਣੀ ਜਮਾਤ ਇਹਨਾਂ ਦੇ ਪਿੱਛੇ ਖੜੇ ਹੋਏ ਨੇ, ਲੇਕਿਨ ਮੀਆਂ ਸਾਹਿਬ ਦੇ ਬਾਰੇ ਉਹਨਾਂ ਦੇ ਬਿਆਨਾਤ ਪ੍ਰਾਈਮ ਮਿਨਿਸਟਰ ਸਾਹਿਬ ਦੇ ਇਹ ਸਨ ਕਿ ਮੈਨੂੰ ਪੂਰਾ ਯਕੀਨ ਹੈ ਕਿ ਮੀਆਂ ਸਾਹਿਬ ਜਿਹੜੇ ਨੇ ਗੱਡੀ ਦੀ ਜਿਹੜੀ ਉਹ ਪਟੜੀ ਜਿਹੜੀ ਹੈ ਜਮਹੂਰੀਅਤ ਵਾਲੀ ਉਹਨੂੰ ਡੀਰੇਲ ਨਹੀਂ ਹੋਣ ਦੇਣਗੇ, ਉਹਨਾਂ ਦਾ ਫੋਕਸ ਜ਼ਿਆਦਾ ਹੈ ਫਿਊਚਰ ਦੀ ਸਿਆਸਤ ਵਿੱਚ ਆਉਣ ਵਾਲੇ ਵਕਤ ਦੇ ਹਵਾਲੇ ਨਾਲ। ਜਨੂਬੀ ਪੰਜਾਬ, ਪਾਕਿਸਤਾਨ ਪੀਪਲਸ ਪਾਰਟੀ, ਮੁਸਲਿਮ ਲੀਗ, ਨੂਨ, ਇਹ ਕੋਈ ਜ਼ਿਆਦਾ ਕੁਰਬਤ ਨਹੀਂ ਹੈ? ਇੱਕ ਤਾਂ ਮੁਫਾਮਤ ਦੀ ਸਿਆਸਤ ਕਿਹੜੀ ਕੀਮਤ ਉੱਤੇ,
सब तो पहले तो यह तयन करना पेगा साड़ी सियासी जमातों नू बिल्कुल न्यूट्रल होकर कि जी मुफामत सियासत की गल कर रहे हैं यदि कीमत की अदा कर रहे हैं वह या साडे पाकिस्तानी आवाम जड़े ने उसकी कीमत जी सू बड़ी भारी कीमत अदा करनी पै रही है प्राइम मिनिस्टर या पीपल्स पार्टी की मुफामत की सियासत की कराची के हालात साढ़े सामने ने। दूजी गल जी नवाज शरीफ साहब न ज़्यादा सपोर्ट करने वाली गलत वो गल की जा रही है। नवाज शरीफ साहब ने अब गवर्नर साहब ना मुलाकात भी किया कि असं नज़रियाती तौर पर ही दो मुख्तलिफ जमात वहाँ और अलहदा गल है कि नाल चल रहे हैं। प्राइम मिनिस्टर साहब न सब तो ज़्यादा इस टाइम नून के कुरबत की जी जरूरत महसूस हो रही है मेरी नज़र आने वाला जो बजट सैशन है वो वजह तो है क्योंकि किसी भी हुकूमत आसे तुहानू पता है कि बजट पास करवाना बड़ा इंपॉर्टेंट होंदा है। मैं चाहने कि एक छोटा जिहा नुकता इहदे विच मैं शामिल करा मियां साहब की जरूरत है सैयद यूसुफ रजा गिलानी नू या फिर वजीर आजम नू इस टाइम जी असी गल करिए सैयद यूसुफ रजा गिलानी नू शायद जरूरत है नवाज शरीफ साहब की वो वजह है वे कि जिस तरह हूँ भी गल की जा रही थी पिछले दिनों में भी गल हो रही थी कि यूसुफ रजा गिलानी साहब प्राइम मिनिस्टरशिप तो अलहदा किया जाए जे यूसुफ रजा गिलानी साहब की हुकूमत आने वाले बजट वो भी करीब ही आ गए इतना दूर नहीं है जो उस बजट में पास नहीं करवा सकी तो हुकूमत कायम नहीं रह सकती आईनी तौर पर भी कायम नहीं रह सकती इस वास्ते तो रिलाय नहीं कर सकते हूँ क्योंकि जिस तरह RGST उत्ते रिस्पोंस दिता है मौलाना फजल रहमान साहब ने भी तो MQM ने भी इस तरह के कई मामला हो सकते हैं ऐसे उठन आने वाले बजट भी जिदे उन्होंने मेरा ख्याल है कि मैं अपनी थोड़ी जी थोड़े चीज़ शेयर कर लव कि जोड़े हालात मैं नज़र आ रहे हैं वो कि मियाँ साहब की जरूरत यूसुफ रजा गिलानी साहब न ज़्यादा वे और गिलानी साहब की जरूरत मियाँ साहब न भी है। अगर तुम थोड़ा जा चंद दिन पिछे चले जाओ तो जो JUIFA ने हुकूमत तो अलहदगी इख्तियार की जी स्टिल अजे तक अपोजिशन आए पास उस तो बाद MQM आई तो असर यह बन चलिया कि गिलानी साहब की गौरमेंट जा रही है उन्होंने ज़्यादा फोकस भी इतें किया हुआ सी तो जिस बोल्ड तरीके नाल दलेरी नाल मियाँ साहब सामने आया और उन्होंने कहा कि इस पुतली तमाशे दे विच शिरकत नहीं करांगे और इस किस्म दियां आनियां जानियां च असीं नहीं शामिल होवांगे ठोस किस्म की सियासत करांगे और यह जी हुकूमत है उसकी फेवर चो चले गए तो वह सारे वह गुब्बारे चो हवा निकल गई और कुछ लोग वापस आ गए कुछ लोग अजे वापसी वास्ते सामने वाला चूंकि दरवाज़ा जड़ा है वह समझते हैं कि बेहतर नहीं है पिछले दरवाजे दे विच ओ पुराना जंग आलू का ताला खुलवा के उधरों अंदर आने की कोशिश हो रही है और मेरा ख्याल है अंदर के कुछ लोग हैं ने जिहड़े सरकार दे विच बैठे ने उस जंग आलू दा ताले नू खोल के खोलन वास्ते उत्ते तेल शेल पा के ताकि वह जंग उसका खत्म हो जाए ताला खुल जाए लेकिन जो ही वो ताले नू थोड़ा जा नरम करते हैं तो कुछ लोग होर भी हैं जिहड़े विच LFE पा जाते हैं हुण मेरा ख्याल है LFE किसी ने पाई है ताकि पिछला दरवाज़ा ना खुल सके ये इस तरह होया है कि इस वो हुण बाहर ही बैठे ने इन्हां दा काम ही चल रहा है फिर उस तो बाद जिहड़े 10 नुकात आए ने मेरी समझ के मुताबिक ये 10 नुकात भी अंडरग्राउंड काफ़ी हद तक मेल मिलाप तो बाद सामने आए हैं फिर जिस तेज़ी नाल इन्हें एक्सेप्ट किया गया तुसी अगर थोड़ी जी सियासत ते नज़र मारो तो थानू नज़र आएगा कि जेड़े वो हार्डलाइनर ने जेड़े जे ब्लाक की गल की जा रही से कि गैर महसूस तरीके नाल सही लेकिन तुसी बाहर आके जरूर कहना है कि पार्टी यकजान है किसी किस्म का मसला कोई नहीं लेकिन जेड़े सदर साहब के क्लोज सर्कल लोग ने जिस तरह बाबर अवान साहब सन जिस तरह माजी के देखा हाँ मैं सईद काजमी साहब न इकतदार तो अलग किया गया वजारत तो अलग किया गया या फिर बहुत सारी चीज़ों के देखो तो नज़र आएगा कि इस वक्त प्राइम मिनिस्टर इन एक्शन है ज़्यादातर मामलात दे विच ओदा ही पावर ओदी गलबात और ओ तासर भी हुण ओ देंदे ने जिहड़ी पिछे तुसी उन्हां दी गुफ्तगू अगर सुनो जिहदे विच उन्हां ने कहा सी कि जी तुसी गल करना ही चाहुंदे हो प्राइम मिनिस्टर